ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਨੀਰੂ ਬਿਜਲਵਾਨ। ਪੰਜਾਬ ਸਰਕਾਰ ਵੱਲੋਂ ਉਂਝ ਤਾਂ ਵਿਦੇਸ਼ਾਂ ਵਿੱਚ ਬੈਠੇ NRI ਭਰਾਵਾਂ ਦੇ ਲਈ ਬਹੁਤ ਸਾਰੀ ਲੀਗਲ ਐਡਵਾਈਸਿਸ ਵਾਸਤੇ, ਸੋਲਿਊਸ਼ਨਸ ਵਾਸਤੇ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ, ਲੇਕਿਨ ਸਾਡੇ ਨਾਲ NRI ਸੋਲਿਊਸ਼ਨਸ ਦੇ ਲਈ ਇੱਕ ਹੋਰ ਪ੍ਰਦੀਪ ਜੀ ਨੇ, ਬੈਂਸ ਜੀ, ਇਹ ਵੀ ਕੰਮ ਕਰਨ ਲੱਗੇ। ਸਭ ਤੋਂ ਵੱਡੀ ਗੱਲ ਜਦ ਆਪਾਂ ਕਰਦੇ ਨੇ NRI ਲੋਕਾਂ ਦੇ ਲਈ, ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਇਸ ਟਾਈਮ 'ਤੇ ਕੀ ਹੈ? ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈਗੀ ਜੀ, ਪ੍ਰੋਪਰਟੀ ਡਿਸਪਿਊਟਸ ਨੇ, ਜਿਹੜੀ ਕਿ ਘਰ ਘਰ ਦੀ ਕਹਾਣੀ ਕਹਿ ਸਕਦੇ ਹਾਂ ਆਪਾਂ, ਕਿ ਪ੍ਰੋਪਰਟੀ ਡਿਸਪਿਊਟਸ ਦੇ ਵਿੱਚ ਇਹਨਾਂ ਨੂੰ ਸਭ ਤੋਂ ਮੁਸ਼ਕਲ ਜਿਹੜਾ ਕੰਮ ਇਹ ਆ ਰਿਹਾ ਕਿ ਉਹਨਾਂ ਦੀ ਜਿਹੜੀ ਇਹ ਪ੍ਰੋਬਲਮਸ ਨੇ, ਡਿਸਪਿਊਟਸ ਆਪਣਿਆਂ ਦੇ ਨਾਲ ਹੀ ਨੇ, ਆਪਣੇ ਭਰਾ ਭੈਣ ਜਿਹੜੇ ਬਾਹਰ ਗਏ ਨੇ ਉਹਨਾਂ ਦੀਆਂ ਆਪਣਿਆਂ ਨੇ ਹੀ ਜ਼ਮੀਨਾਂ ਦੱਬੀਆਂ ਹੋਈਆਂ ਨੇ। ਸੋ ਉਹਦੇ ਵਿੱਚ ਉਹਨਾਂ ਲਈ ਇਹ ਸਭ ਤੋਂ ਵੱਡਾ ਕਿ ਜਿਹੜੀ ਇਹ ਪ੍ਰੋਬਲਮ ਆ ਜਾਂਦੀ ਹੈ ਕਿ ਈਵਨ ਦੋ ਉਹ ਆਪਣੇ ਉਹਨਾਂ ਦੇ ਨਾਲ ਟਰਾਈ ਕਰਦੇ ਨੇ ਵੀ ਕਿਸੇ ਤਰੀਕੇ ਨਾਲ ਡਿਸਪਿਊਟ ਖਤਮ ਹੋ ਜਾਵੇ, ਪਰ ਡਿਸਪਿਊਟ ਇੰਨਾ ਵੱਡਾ ਵੱਧ ਜਾਂਦਾ ਕਿ ਕੋਰਟਾਂ ਕਚਹਿਰੀਆਂ ਦੇ ਵਿੱਚ ਜਾਂਦਾ, ਬਾਅਦ ਵਿੱਚ ਡਰ ਇਹ ਪੈ ਜਾਂਦਾ ਕਿ ਜਦੋਂ ਉਹ ਇੱਧਰ ਆ ਗਏ ਕੋਰਟ ਕਚਹਿਰੀ ਤਾਂ ਕੇਸ ਲੜਨਗੇ, ਅਤੇ ਉਹਨਾਂ ਨੂੰ ਵੀ ਕਈ ਵਾਰ ਕਿਸੇ ਹੋਰ ਕੇਸਾਂ ਦੇ ਵਿੱਚ ਫਸਾਦਤ ਆ ਜਾਂਦਾ, ਅਤੇ ਨਾਲ ਦੀ ਨਾਲ ਕਈ ਵਾਰ ਉਹਨਾਂ ਨੂੰ ਜਾਨੀ ਮਾਲ ਨੁਕਸਾਨ ਵੀ ਉਠਾਉਣਾ ਪੈਂਦਾ, ਜਾਂ ਮਤਲਬ ਉਹਨਾਂ ਨੂੰ ਰਿਸਕ ਹੁੰਦਾ ਇਸ ਚੀਜ਼ ਦਾ। ਸੋ ਜਿਹਦੇ ਲਈ ਇੱਕ ਬੜਾ ਵੱਡਾ ਬ੍ਰਿਜ ਦੀ ਮਿਸਿੰਗ ਸੀ ਜਿਹਨੂੰ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਨਾਂ ਉਸਦੇ ਲਈ ਤੁਸੀਂ ਕਿਸ ਤਰ੍ਹਾਂ ਦੇ ਨਾਲ ਕੰਮ ਕਰ ਰਹੇ ਹੋ? ਕਿਉਂਕਿ ਜਦ ਆਪਾਂ ਜਾਇਦਾਦਾਂ ਦੀ ਗੱਲ ਕਰੇ, ਸ਼ਰੀਕਾਂ ਦੀ ਗੱਲ ਕਰ ਰਹੇ ਨੇ, ਜਿਨ੍ਹਾਂ ਨੇ ਕਿਸੇ ਦੇ ਪਿੰਡ, ਖੇਤ ਜਾਂ ਫਿਰ ਆਪਾਂ ਕਹੇ ਘਰ ਦਬਲੇ ਹੈਗੇ, ਉਸਦੇ ਲਈ ਤੁਸੀਂ ਕੀ ਕੰਮ ਕਰ ਰਹੇ ਹੋ? ਡੈਫੀਨੇਟਲੀ ਜੇ ਉਹਦੇ ਡਿਸਪਿਊਟ ਆ ਜੀ ਕੋਰਟ ਦੇ ਵਿੱਚ, ਉਹਨਾਂ ਨੂੰ ਰੀਪ੍ਰਜੈਂਟੇਸ਼ਨ ਚਾਹੀਦੀ ਆ, ਤਾਂ ਡੈਫੀਨੇਟਲੀ ਅਸੀਂ ਉੱਥੇ ਉਹਨਾਂ ਦੀ ਰੀਪ੍ਰਜੈਂਟੇਸ਼ਨ ਦੇ ਲਈ ਇੱਕ ਪ੍ਰੋਪਰ ਲੀਗਲ ਟੀਮ ਜਿਹੜੀਆਂ ਨੇ ਸਾਡੇ ਕੋਲ ਲਗਭਗ ਪੈਨ ਇੰਡੀਆ ਦੇ ਵਿੱਚ ਨੇ, ਉਹਨਾਂ ਨੂੰ ਉੱਥੇ ਅਸੀਂ ਰੀਪ੍ਰਜੈਂਟ ਕਰਾਂਗੇ। ਸੈਕੰਡਲੀ ਜੇ ਉਹਨਾਂ ਨੂੰ ਲੋੜ ਹੈ ਕਿ ਉਹ ਆਪ ਖੁਦ ਆ ਕੇ ਪੈਰਵਾਈ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਿਕਿਉਰਿਟੀ ਦੀ ਲੋੜ ਹੈ, ਟਰੈਵਲ ਅਰੇਂਜਮੈਂਟਸ ਦੀ ਲੋੜ ਹੈ, ਡੈਫੀਨੇਟਲੀ ਅਸੀਂ ਉਹ ਸਾਰਾ ਕੁਛ ਨੂੰ ਮੈਨੇਜ ਕਰਾਂਗੇ। ਇੱਕ ਵੱਡਾ ਰੋਲਾ ਜੇ ਆਪਾਂ ਕਹੀਏ ਜ਼ਿਆਦਾਤਰ ਪਿਆ ਪਿੱਛੇ, ਜੇ ਲੋਕ ਕੁੜੀਆਂ ਨੂੰ ਬਾਹਰ ਭੇਜਦੇ ਸਨ ਪੜ੍ਹਾਈ ਦੇ ਵਾਸਤੇ, ਅਤੇ ਜ਼ਿਆਦਾਤਰ ਤਕਰੀਬਨ ਇੱਥੇ ਤੋਂ ਵਿਆਹ ਕਰਕੇ ਜਾਂਦੀਆਂ ਸੀ, ਅਤੇ ਉੱਥੇ ਜਾ ਕੇ ਉਹ ਫਿਰ ਉਹ ਮਨਾ ਕਰ ਦਿੰਦੀ ਸੀ। ਇਹਨਾਂ ਚੀਜ਼ਾਂ ਦੇ ਵਿਚਕਾਰ, ਇਹਨਾਂ ਜੇ ਪ੍ਰੋਬਲਮਸ ਦੇ ਵਿਚਕਾਰ ਜੇ ਕੀ ਸੋਲਿਊਸ਼ਨ ਤੁਹਾਡੇ ਵੱਲੋਂ? ਦੇਖੋ, ਜੇ ਤਾਂ ਕਿਸੇ ਨੇ ਵਿਆਹ ਕਰਵਾਇਆ, ਵਿਆਹ ਕਰਵਾਉਣ ਤੋਂ ਬਾਅਦ ਉਹਦੇ ਵਿੱਚ ਇਹ ਚੀਜ਼ ਪ੍ਰੂਫ ਹੁੰਦੀ ਹੈ ਕਿ ਵਿਆਹ ਰੀਅਲ ਹੈ, ਤਾਂ ਕੁਛ ਵੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਿਸੇ ਨੂੰ ਵੀ ਡਾਇਵੋਰਸ ਲੈਣ ਦਾ ਰਾਈਟ ਹੈ। ਪਰ ਜੇ ਪਤਾ ਲੱਗੇ ਕਿ ਇਸ ਮੈਰਿਜ ਆਫ ਕਨਵੀਨੀਅੰਸ, ਯਾਨੀ ਕਿ ਪੈਸਿਆਂ ਦੇ ਲਈ ਹੀ ਵਿਆਹ ਕਰਵਾਇਆ, ਜੇ ਇਹ ਚੀਜ਼ ਪ੍ਰੂਵ ਹੁੰਦੀ ਹੈ ਤਾਂ ਉਹ ਇੱਕ ਅਲੀਗਲ, ਉਹ ਅਲੀਗਲ ਹੈ, ਅਤੇ ਉਹ ਇੱਕ ਓਫੈਂਸ ਹੈ ਜਿਹਦੇ ਤਹਿਤ ਅਸੀਂ ਕਾਰਵਾਈ ਪ੍ਰੋਪਰਲੀ ਉਸ ਬੰਦੇ 'ਤੇ ਜਾਂ ਉਸ ਉਹਨਾਂ ਲੋਕਾਂ 'ਤੇ ਜਿਹੜੇ ਉਹਦੇ ਵਿੱਚ ਇਨਵੋਲਵ ਨੇ, ਚਾਹੇ ਉਹ ਏਜੰਟਸ ਨੇ, ਚਾਹੇ ਉਹ ਫੈਮਿਲੀ, ਉਹਨਾਂ 'ਤੇ ਹੋ ਸਕਦਾ। ਪਰ ਸੈਕਿੰਡ ਚੀਜ਼ ਹੈ ਕਿ ਜੇ ਕਿਸੇ ਨੇ ਵਿਆਹ ਕਰਵਾਇਆ ਨੋਰਮਲ, ਉਸ ਤੋਂ ਬਾਅਦ ਉਹ ਵਿਦੇਸ਼ ਗਿਆ, ਉਹਨਾਂ ਦਾ ਉੱਥੇ ਜਾ ਕੇ ਇੱਕ ਦੂਜੇ ਦੇ ਨਾਲ, ਕਿਉਂਕਿ ਸਮਟਾਈਮਸ ਦੂਰੀ ਪੈਣ ਦੇ ਨਾਲ ਉਹਨਾਂ ਦੀ ਬਣਦੀ ਨਹੀਂ, ਕੁਛ ਹੋ ਜਾਂਦਾ, ਜੇ ਉਹ ਇੱਕ ਦੂਜੇ ਤੋਂ ਡਾਇਵੋਰਸ ਲੈ ਲੈਂਦੇ ਤਾਂ ਉਹਦੇ 'ਤੇ ਡਾਇਵੋਰਸ ਲੈਣਾ ਲੀਗਲ ਨਹੀਂ ਹੈਗਾ। ਪਰ ਜੇ ਉਹ ਮੈਰਿਜ ਹੀ ਇਸ ਆਧਾਰ 'ਤੇ ਹੋਈ ਹੈ ਕਿ ਤੁਸੀਂ ਬਾਹਰ ਜਾਣਾ, ਆਹ ਪੈਸੇ ਲੈ ਕੇ ਤਾਂ ਵਿਆਹ ਕਰਵਾ ਲੈਣਾ, ਜਾਂ ਝੂਠੇ ਵਿਆਹ ਹੈ, ਦੈਨ ਉਹਦੇ ਵਿੱਚ ਇਹ ਅਲੀਗਲ ਅਫੈਂਸ ਹੈ। ਇੱਕ ਇਹ ਵੀ ਚੀਜ਼ ਹੈ ਨਾ ਕਿ ਪੰਜਾਬ ਦੀ ਕੁੜੀਆਂ ਦੇ ਨਾਲ NRI ਲੋਕ ਜਿਹਨੇ ਵਿਆਹ ਕਰਦੇ ਨੇ, ਅਤੇ ਵਿਆਹ ਤੋਂ ਬਾਅਦ ਬੜੀ ਪਰੇਸ਼ਾਨੀ ਉਹਨਾਂ ਨੂੰ ਤਸ਼ਦਦ ਕਹਿ ਲਈਏ ਝੱਲਣੀ ਪੈਂਦੀ ਹੈ, ਤਾਂ ਤੁਹਾਨੂੰ ਲੱਗਦਾ NRI ਮੈਰਿਜ ਐਕਟ ਦੇ ਉੱਤੇ ਵੀ ਕੰਮ ਹੋਣਾ ਚਾਹੀਦਾ? ਡੈਫੀਨੇਟਲੀ ਜੀ, ਕਿਉਂਕਿ ਦੇਖੋ, ਕੋਈ ਵੀ ਜਿਹੜਾ ਐਕਟ ਆ, ਕੋਈ ਵੀ ਕਾਨੂੰਨ ਆ, ਜਾਂ ਉਦੋਂ ਹੀ ਉਹ ਆਪਣੇ ਜਨਮ ਲੈਂਦਾ ਜਾਂ ਉਦੋਂ ਹੀ ਉਹ ਬਣਦਾ ਜਦੋਂ ਉਹਦੇ ਵਿੱਚ ਕਿਤੇ ਨਾ ਕਿਤੇ ਇਸ਼ੂ ਹੁੰਦਾ, ਉਹਨੂੰ ਲਗਾਤਾਰ ਇੰਪਰੂਵ ਕਰਦੇ ਰਹਿਣਾ ਜ਼ਰੂਰੀ ਹੈ, ਪਹਿਲੀ ਤਾਂ ਗੱਲ। ਸੈਕੰਡਲੀ ਹੈ ਕਿ ਜਦੋਂ ਕਦੇ ਵੀ, ਮੈਂ ਤਾਂ ਕਹਿੰਦਾ ਕਿ ਜਦੋਂ ਬੱਚੇ ਜਾਂ ਪੇਰੈਂਟਸ ਆਪਣੇ ਬੱਚਿਆਂ ਦੀ ਮੈਰਿਜ ਕਿਤੇ ਵੀ ਕਰਦੇ ਨੇ, ਚਾਹੇ ਮੁੰਡਿਆਂ ਦੀ ਜਾਂ ਕੁੜੀਆਂ ਦੀ ਕਰਦੇ ਨੇ, ਤਾਂ ਡੈਫੀਨੇਟਲੀ ਇਸ ਚੀਜ਼ ਨੂੰ ਜ਼ਰੂਰ ਦੇਖਣਾ ਜ਼ਰੂਰੀ ਕਿ ਉਹ ਪਰਿਵਾਰ ਠੀਕ ਹੈ, ਕਿਉਂਕਿ ਬੱਚੇ ਨੇ ਪੂਰੀ ਲਾਈਫ ਕੱਟਣੀ ਹੈ। ਸੋ ਉਹ ਚੀਜ਼ ਕਿਤੇ ਨਾ ਕਿਤੇ ਪਰਿਵਾਰ ਦੀ ਵੀ ਜ਼ਿੰਮੇਵਾਰੀ ਪਹਿਲੇ ਨੰਬਰ 'ਤੇ ਬਣਦੀ ਹੈ, ਕਿਉਂਕਿ ਕੋਰਟ ਤੱਕ ਪਹੁੰਚਣ ਦੀ ਲੋੜ ਹੀ ਨਾ ਪਵੇ, ਇਹ ਚੀਜ਼ ਸਭ ਤੋਂ ਵੱਡੀ ਜ਼ਰੂਰੀ ਹੈ। ਅੱਛਾ, ਇੱਕ ਆਪਾਂ ਇਹ ਵੀ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ, ਜੋ ਕਿਰਾਏਦਾਰ ਹੁੰਦੇ ਨੇ, ਜੋ ਆਪਣੇ ਇੱਥੇ ਤੋਂ ਯੂਥ ਜਾਂਦਾ ਹੈ ਨਾ ਨੌਕਰੀਆਂ ਲੱਭਣ ਵਾਸਤੇ, ਪੜ੍ਹਾਈ ਕਰਨ ਵਾਸਤੇ, ਉਹਨਾਂ ਦੇ ਨਾਲ ਬੜੀ ਤਸ਼ਦਦ ਹੁੰਦੀ ਹੈ, ਉੱਥੇ ਕਿਰਾਏ ਨੂੰ ਲੈ ਕੇ ਬੜਾ ਰੋਲਾ ਪੈ ਜਾਂਦਾ ਮਕਾਨ ਮਾਲਕਾਂ ਦੇ ਨਾਲ, ਕਿਉਂਕਿ ਉਹ ਵਿੱਚ ਆਪਣੇ ਪੰਜਾਬੀ ਭਾਰਤੀ ਹੁੰਦੇ ਨੇ।
ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਚੀਜ਼ ਦੇਖੀ ਜਾਂਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਆਈ ਸੀ ਸਾਡੀ ਕੈਨੇਡੀਅਨ ਨਿਊਜ਼ਪੇਪਰ ਦੇ ਵਿੱਚ ਕਿ ਇੱਕ ਬੇਸਮੈਂਟ ਜਿਹਦੇ ਵਿੱਚ ਯਾਨੀ ਕਿ ਵੱਧ ਤੋਂ ਵੱਧ ਓਕੂਪੈਂਸੀ 4 ਜਾਂ 5 ਦੀ ਹੋ ਸਕਦੀ ਆ, ਉਹਦੇ ਵਿੱਚ 26 ਬੰਦੇ ਰਹਿ ਰਹੇ ਸੀ ਅਤੇ ਉਹਦੇ ਵਿੱਚ ਉਹਨਾਂ ਨੇ ਜ਼ਮੀਨ ਦੇ ਵਿੱਚ ਕੰਧ ਦੇ ਨਾਲ ਨਾਲ ਬਿਸਤਰੇ ਲਗਾਏ ਹੋਏ ਸੀ, ਜ਼ਮੀਨ 'ਤੇ ਸੌ ਰਹੇ ਸੀ, 4-4, 5-5 ਸੌ ਰੁਪਇਆ ਉਹ ਡਾਲਰ ਦੇ ਰਹੇ ਸੀ। ਪਰ ਉੱਥੇ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਕਿ ਓਕੂਪੈਂਸੀ ਘੱਟ ਅਵੇਲੇਬਿਲਟੀ ਹੈ ਨਹੀਂ, ਉਹ ਅਲੀਗਲ ਹੈ ਜੇ ਉਸ ਚੀਜ਼ ਨੂੰ ਉੱਥੇ ਦੇ ਲੋਕਲ ਸਿਸਟਮ ਦੇ ਵਿੱਚ ਬਸ ਇੱਕ ਫੋਨ ਕਰਕੇ, ਜਿੱਦਾਂ ਹੁਣ ਸਾਡੇ ਉੱਥੇ ਨੋਰਮਲੀ ਜਿਹੜੇ ਸਾਡੇ ਸਿਟੀਜ਼ ਨੇ ਉਹਨਾਂ ਦਾ ਨੰਬਰ ਹੈਗਾ 311, 311 ਦੇ ਐਡਰੈਸ ਦੇ ਦਿਓ ਫੋਨ ਕਰਕੇ, ਬਾਕੀ ਉਹ ਆਪੇ ਟੇਕਰ ਕਰ ਲੈਂਦੇ ਨੇ। ਉੱਥੇ ਸਿਸਟਮ ਬਹੁਤ ਹੀ ਜੇ ਇੱਕ ਕਾਲ ਅਤੇ 15 ਮਿੰਟ ਬਾਅਦ ਐਕਸ਼ਨ ਦਿਸੇਗਾ, ਉੱਥੇ ਸਾਡੀ ਲੋੜ ਹੀ ਨਹੀਂ ਹੈਗੀ। ਇੱਥੇ ਲੋੜ ਕਿਉਂ ਆ ਕਿ ਜਦੋਂ NRIs ਉੱਥੇ ਪਹੁੰਚ ਜਾਂਦੇ ਨੇ ਇੱਥੇ, ਉਹ ਵਾਪਸ ਆ ਕੇ ਆਪਣੇ ਕੀਤੇ ਹੋਏ ਕੰਮਾਂ ਦੀ ਪੈਰਵਾਈ ਨਹੀਂ ਕਰ ਸਕਦੇ, ਪੈਰਵਾਈ ਤਾਂ ਡਰੇ, ਝੂਠਾ ਕੇਸ ਪੈਣ ਦਾ ਡਰੇ, ਹੁੰਦਾ ਕਿ ਨਹੀਂ ਇਹ ਚੀਜ਼ਾਂ। ਸੋ ਇਹ ਜਿਹੜੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਨੂੰ ਕਰਕੇ ਸਾਨੂੰ ਇਹ ਗੈਪ ਜਿਹੜਾ ਬਿਲਡ ਕਰਨ ਦੇ ਲਈ, ਗੈਪ ਨੂੰ ਖਤਮ ਕਰਨ ਦੇ ਲਈ ਸਾਨੂੰ ਇਹ ਬ੍ਰਿਜ ਲੈਣਾ ਪਿਆ। ਅੱਛਾ, ਜੋ ਬੱਚੇ ਇੱਥੋਂ ਤੋਂ ਜਾਂਦੇ ਨੇ ਜ਼ਿਆਦਾਤਰ, ਜੋ ਕੰਸਲਟੈਂਸੀਜ਼ ਹੁੰਦੀ ਹੈ, ਜੋ ਵੀਜ਼ਾ ਦਵਾਉਂਦੀਆਂ ਨੇ, ਬੜੀ ਵਾਰ ਹੁੰਦਾ ਕਿ ਪੜ੍ਹਾਈ ਕਰਨ ਜਾਂਦੇ ਨੇ, ਤੁਸੀਂ ਪਿੱਛੇ ਰਿਪੋਰਟ ਪੜ੍ਹੀ ਹੋਏਗੀ ਕਿੰਨੇ ਲੱਖ ਬੱਚੇ ਨੂੰ ਵਾਪਸ ਆਉਣਾ ਪਿਆ ਭਾਰਤ ਦੇ ਵਿਚਕਾਰ, ਉਸ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਭਾਵੇਂ ਸਹਾਇਤਾ ਜਾਰੀ ਕਰਤੀ ਸੀਗੀ, ਲੇਕਿਨ ਸਭ ਤੋਂ ਵੱਡੀ ਗੱਲ ਹੈ ਜੇ ਇਹ ਕੰਸਲਟੈਂਸੀ ਹੈ, ਇਹਨਾਂ ਦੇ ਉੱਤੇ ਕਿਸ ਤਰ੍ਹਾਂ ਦੀ ਨਕੇਲ ਕੱਸਣ ਦੀ ਜ਼ਰੂਰਤ ਹੈਗੀ ਹੈ, ਠੱਲ ਪਾਉਣ ਦੀ ਲੋੜ ਹੈਗੀ ਹੈ? ਕਿਉਂਕਿ ਇਹ ਬੇਸਿਕਲੀ ਮੁੱਦਾ ਜਿਹੜਾ ਭਾਰਤ ਦੇ ਅੰਦਰ ਦਾ ਹੈ, ਜਿਹਦੇ 'ਤੇ ਬੇਸਿਕਲੀ ਇੱਥੋਂ ਦੇ ਲੋਕਲ ਕਾਨੂੰਨ ਨੂੰ ਸਖਤ ਹੋਣ ਦੀ ਲੋੜ ਹੈ, ਕਿਉਂ ਦੇਖਣ ਦੀ ਲੋੜ ਹੈ, ਕਿਉਂਕਿ ਬੱਚਿਆਂ ਨੂੰ ਝੂਠੇ ਉਦੋਂ ਉਹਨਾਂ ਨੇ ਜਿਹੜੇ ਲੈਟਰ ਇਸ਼ੂ ਕੀਤੇ ਸੀ ਐਡਮਿਸ਼ਨ ਲੈਟਰ, ਜਿਹਦੇ ਕਰਕੇ ਬੱਚਿਆਂ ਨੇ ਉੱਥੇ ਬਹੁਤ ਸਟਰਗਲ ਵੀ ਕੀਤੇ, ਰਾਤ ਦਿਨ ਧਰਨੇ ਵੀ ਲਾਏ, ਉੱਥੇ ਵੀ ਜਾ ਕੇ ਇੰਡੀਆ ਵਾਂਗ ਧਰਨੇ ਲੱਗੇ ਜੀ ਪੂਰਾ, ਜਿਸ ਤੋਂ ਬਾਅਦ ਸਰਕਾਰਾਂ ਨੇ ਉੱਥੇ ਹੈਲਪ ਕੀਤੀ, ਹੁਣ ਉਹਨਾਂ ਨੇ ਕਾਫੀ ਪ੍ਰੋਸੈਸ ਚੇਂਜ ਕਰ ਦਿੱਤਾ ਹੈ, ਪਰ ਫਿਰ ਵੀ ਇੱਥੋਂ ਦੀ ਜਿਹੜੇ ਐਡਮਿਨਿਸਟ੍ਰੇਸ਼ਨ ਨੂੰ ਕਿਤੇ ਨਾ ਕਿਤੇ, ਮੈਂ ਤਾਂ ਕਹਿੰਦਾ ਸਭ ਤੋਂ ਪਹਿਲਾਂ ਮੀਡੀਆ ਦੀ ਡਿਊਟੀ ਹੈ ਕਿ ਉਹਨਾਂ ਲੋਕਾਂ ਨੂੰ ਐਕਸਪੋਜ਼ ਕੀਤਾ ਜਾਵੇ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ, ਬੇਸਿਕਲੀ ਤੁਹਾਡੇ ਤੋਂ ਸਟਾਰਟ ਹੁੰਦਾ ਇਹ ਕੰਮ। ਬਿਲਕੁਲ ਬਿਲਕੁਲ, ਅਸੀਂ ਤਾਂ ਆਲਰੇਡੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ, ਅਸੀਂ ਦੱਸਦੇ ਰਹਿੰਦੇ, ਲੇਕਿਨ ਇੱਕ ਹੋਰ ਗੱਲ ਹੈ, ਜਦ ਇੱਥੇ ਤੋਂ ਬੱਚੇ ਜਾਂਦੇ ਉੱਥੇ ਨੌਕਰੀ ਕਰਦਾ ਹੈ, ਨੌਕਰੀ ਦੇ ਵਿਚਕਾਰ ਅਗਰ ਕਿਸੇ ਤਰ੍ਹਾਂ ਦੀ ਪ੍ਰੋਬਲਮਸ ਆਉਂਦੀ ਹੈ ਤਾਂ ਉਸ ਨੂੰ ਲੈ ਕੇ, ਕਿਉਂਕਿ ਜਦ ਤੁਸੀਂ ਆਪ ਭਾਰਤ ਬੈਠੇ ਹੋ, ਗੱਲ ਅਸੀਂ ਕੈਨੇਡਾ ਦੀ ਕਰ ਰਹੇ ਹਾਂ, ਉੱਥੇ ਬੱਚਾ ਬੈਠਿਆ ਉਹਨੂੰ ਲੋੜ ਹੈਗੀ ਹੈ, ਤਾਂ ਫਿਰ ਤੁਸੀਂ ਉੱਥੇ ਵੀ ਆਪਣਾ ਜੇ ਹੈ, ਉੱਥੇ ਸਿਸਟਮ ਹੈ ਜੀ, ਉੱਥੇ ਸਿਸਟਮ ਹੈ, ਜੇ ਕਿਸੇ ਨੇ ਕੰਮ ਕਰਿਆ ਉਹਦੇ ਪੈਸੇ ਨਹੀਂ ਮਿਲੇ, ਉੱਥੇ ਕੋਰਟ ਸਿਸਟਮ ਆ, ਉੱਥੇ ਸਪੈਸ਼ਲੀ ਕਿਸੇ ਬੰਦੇ ਦੀ ਜੋਬ ਪੈਸੇ ਨਹੀਂ ਨਾ ਮਿਲੇ, ਜੇ ਤਨਖਾਹ ਨਹੀਂ ਮਿਲੀ ਅਤੇ ਜੇ ਉਹ ਕੰਪਨੀ ਮਤਲਬ ਅਜੇ ਕੰਮ ਕਰ ਰਹੀ ਹੈ, ਉਹਨਾਂ ਨੇ ਆਪਣਾ ਆਪਰੇਸ਼ਨ ਨਹੀਂ ਬੰਦ ਕੀਤਾ ਜਾਂ ਉਹਨਾਂ ਦੇ ਕੋਈ ਵੀ ਐਸੈਟਸ ਅਵੇਲੇਬਲ ਆ, ਜਿਹੜੀ ਲੇਬਰ ਮਿਨਿਸਟਰੀ ਆ ਉਹ ਸਾਰਾ ਸਮਾਨ ਚੁੱਕ ਕੇ ਆਪਣੇ ਇੰਪਲੋਈ ਦੇ ਪੈਸੇ ਪੂਰੇ ਕਰਵਾ ਕੇ ਦਿੰਦੀ ਹੈ, ਉੱਥੇ ਸਿਸਟਮ ਨੂੰ ਫੋਲੋ ਕਰਨ ਦੀ ਲੋੜ ਹੈ, ਉੱਥੇ ਧਰਨਿਆਂ ਦੀ ਲੋੜ ਨਹੀਂ ਹੈਗੀ। ਜੇ ਤੁਹਾਡੇ ਪੈਸੇ ਨਹੀਂ ਦਿੱਤੇ, ਸਿੰਪਲੀ ਲੇਬਰ ਮਿਨਿਸਟਰੀ 'ਚ ਜਾ ਕੇ ਆਪਣੇ ਸਬੂਤ ਦਿਓ ਕਿ ਤੁਸੀਂ ਇੱਥੇ ਕੰਮ ਕੀਤਾ, ਤੁਹਾਨੂੰ ਤੁਹਾਡੇ ਪੈਸੇ ਮਿਲ ਜਾਂਦੇ। ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਕਹਿੰਦੇ ਨੇ ਕਿ ਜੋ ਤੁਸੀਂ ਇਹ ਕੰਪਨੀ ਸਟਾਰਟ ਕੀਤੀ ਹੈ ਨਾ NRI ਸੋਲਿਊਸ਼ਨਸ ਦੇ ਲਈ, ਇਸ ਦੇ ਪਿੱਛੇ ਲੋੜ ਕੀ ਪਈ ਤੁਹਾਨੂੰ ਕੰਪਨੀ ਸ਼ੁਰੂ ਕਰਨ ਦੀ? ਮਤਲਬ ਇਸ ਦੇ ਪਿੱਛੇ ਕੋਈ ਨਾ ਕੋਈ ਕਹਾਣੀ ਤਾਂ ਜ਼ਰੂਰ ਹੋਣੀ ਹੈ, ਕੋਈ ਤਾਂ ਕੋਈ ਗੱਲ ਹੋਣੀ ਹੈ। ਓਬਵੀਅਸਲੀ ਇਹਦੇ ਪਿੱਛੇ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਖੁਦ ਆਪ ਹੋਣੇ ਆ, ਠੀਕ ਹੈ, ਜ਼ਮੀਨ ਦਾ ਡਿਸਪਿਊਟ ਤਾਂ ਅੱਜ ਤੱਕ ਰੱਬ ਦੀ ਕਿਰਪਾ ਨਾਲ ਨਹੀਂ ਪਿਆ, ਪਰ ਹੋਰ ਡਿਸਪਿਊਟਸ ਇੱਦਾਂ ਦੇ ਨੇ ਕਿ ਕਈ ਵਾਰੀ 20 ਚੀਜ਼ਾਂ ਇੱਦਾਂ ਕੋਈ ਸਰਵਿਸ ਅਵੇਲ ਕੀਤੀ, ਸਾਨੂੰ ਦੱਸਿਆ ਗਿਆ ਕਿ ਜੀ ਆਹ ਚੀਜ਼ ਜਿਹੜੀ ਇੱਦਾਂ ਦਾ ਕਰਕੇ ਆਹ ਕੰਮ ਕਰੇਗੀ, ਬਟ ਉਹ ਸਰਵਿਸ ਹੈ ਹੀ ਨਹੀਂ, ਉਹ ਚੀਜ਼ ਹੀ ਨਹੀਂ ਮਿਲਦੀ। ਉਸ ਤੋਂ ਬਾਅਦ ਹੁਣ ਜਦੋਂ ਮੈਂ ਚਲਾ ਗਿਆ, ਮੈਂ ਦੁਬਾਰਾ ਆਉਣਾ 3 ਸਾਲ ਬਾਅਦ, ਉਦੋਂ ਆ ਕੇ ਕੌਣ ਪੁੱਛੇਗਾ ਵੀ ਕੀ ਹੋਇਆ? ਸੋ ਅਸੀਂ ਇਹ ਚੀਜ਼ ਹੈ ਕਿ ਜੇ ਬਾਈ ਦੀ ਵੀ ਕੋਈ ਬੰਦੇ ਨੂੰ ਕਿਸੇ ਨੂੰ ਇਸ਼ੂ ਆਇਆ, ਉਹਨੇ ਕੋਈ ਟ੍ਰਾਂਜੈਕਸ਼ਨ ਕੀਤਾ, ਕੁਛ ਪ੍ਰੋਬਲਮ ਆਉਂਦੀ ਹੈ, ਅਸੀਂ ਉਸ ਚੀਜ਼ ਦੇ ਵਿੱਚ ਇੰਟਰਵਿਊ ਕਰਕੇ ਉਸ ਚੀਜ਼ ਨੂੰ ਸੋਲਿਊਸ਼ਨ ਦੇ ਸਕਦੇ ਹਾਂ, ਕਿਉਂਕਿ ਅਸੀਂ ਸਾਡੀ ਟੀਮ ਇੱਥੇ ਬੈਠੀ ਹੋਏਗੀ। ਅੱਛਾ, ਕਿਹੜੇ ਕਿਹੜੇ ਆਪਾਂ ਦੇਸ਼ਾਂ ਦੇ ਵਿਚਕਾਰ ਤੁਸੀਂ ਆਪਣੀ ਭੂਮਿਕਾ ਨਿਭਾ ਰਹੇ ਹੋ ਜਾਂ ਸਹਾਇਤਾ ਪ੍ਰਦਾਨ ਕਰ ਰਹੇ? NRI ਦਾ ਮਤਲਬ ਹੈ ਉਹ ਪ੍ਰਵਾਸੀ ਜਿਹਨੇ ਭਾਰਤ ਛੱਡ ਕੇ ਕਿਤੇ ਵੀ ਚਲਾ ਗਿਆ, ਅਸੀਂ ਉੱਥੇ ਹਰ ਇੱਕ ਥਾਂ ਉਹਦੀ ਹੈਲਪ ਭਾਰਤ ਦੇ ਵਿੱਚ ਕਰ ਸਕਦੇ। ਸੋ ਹਰ ਇੱਕ ਕੰਟਰੀ ਦੇ ਵਿੱਚ, ਬਿਲਕੁਲ ਜੀ।
ਤਾਂ ਹਰੇਕ ਕੰਟਰੀ ਦੇ ਵਿਚਕਾਰ ਜੇ ਐਨ ਆਰ ਆਈ ਪ੍ਰਾਈਵੇਟ ਸੋਲਿਊਸ਼ਨਸ ਜੇ ਹੈ ਕੰਮ ਕਰ ਰਿਹਾ, ਅਤੇ ਅਗਰ ਤੁਹਾਨੂੰ ਵੀ ਲੋੜ ਹੈ ਤਾਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਇਹਨਾਂ ਦੀ ਸਹਾਇਤਾ ਲੈ ਸਕਦੇ ਹੋ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਲਵਾਨ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।